संगत मंडी दे इलाके दे किसानां दीआं नरमे दीआं फसलां ते टह रहा है गुलाबी सूंडी अते चिट्टे मच्छर दा कहर। किसान अपने पुत्तां वांग पाली फसल ते हल चलाउण लई हो रहे हन मजबूर। दस दिए कि इस बार संगत मंडी इलाके विच किसानां दीआं नरमे दीआं फसलां नूं चिट्टे मच्छर अते गुलाबी सूंडी ने अपनी लपेट विच लैणा शुरू कर दिता है। इसे चिट्टे मच्छर अते गुलाबी सूंडी दे हो रहे हमले कारण किसान अपनी पुत्तां वांग पाली फसल ते हल चलाउण लई मजबूर हो रहे हन। इसे गुलाबी सूंडी अते चिट्टे मच्छर दे हो रहे हमले तो दुखी पिंड कुद्दा दे दो किसानां ने अपनी खड़ी नरमे दी फसल ते हल चला दिता। ਇੱਥੇ ਪੀੜਤ ਕਿਸਾਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਨਰਮੇ ਦੀ ਫਸਲ 'ਤੇ ਗੁਲਾਬੀ ਸੂੰਡੀ ਅਤੇ ਚਿੱਟੇ ਮੱਛਰ ਨੇ ਇੰਨਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇੱਕਦਮ ਹੀ ਨਰਮੇ ਦੇ ਬੂਟੇ ਦਾ ਆਕਾਰ ਵਧਣਾ ਰੁਕ ਗਿਆ ਹੈ ਅਤੇ ਪੱਤੇ ਮੱਚ ਰਹੇ ਹਨ। ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਉਹਨਾਂ ਵੱਲੋਂ ਨਰਮੇ ਦੀ ਫਸਲ 'ਤੇ ਸਪਰੇਹਾਂ ਵੀ ਕੀਤੀਆਂ ਗਈਆਂ ਲੇਕਿਨ ਉਹਨਾਂ ਦਾ ਇਸ ਬਿਮਾਰੀ 'ਤੇ ਕੋਈ ਅਸਰ ਨਹੀਂ ਹੋਇਆ ਜਿਸ ਕਾਰਨ ਉਹਨਾਂ ਨੂੰ ਇਹ ਫਸਲ 'ਤੇ ਹਲ ਚਲਾਉਣਾ ਹੀ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਚੰਗੀਆਂ ਸਪਰੇਹਾਂ ਦਿੱਤੀਆਂ ਜਾਣ ਅਤੇ ਖਰਾਬ ਹੋਈ ਨਰਮੇ ਦੀ ਫਸਲ ਦਾ ਯੋਗ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਬਾਰੇ ਜਦੋਂ ਬਲਾਕ ਖੇਤੀਬਾੜੀ ਅਫਸਰ ਧਰਮਪਾਲ ਮੋਰੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੰਨਿਆ ਹੈ ਕਿ ਕਿਸਾਨਾਂ ਦੀਆਂ ਫਸਲਾਂ 'ਤੇ ਚਿੱਟੇ ਮੱਛਰ ਦਾ ਹਮਲਾ ਤਾਂ ਥੋੜ੍ਹਾ ਬਹੁਤਾ ਹੋ ਰਿਹਾ ਹੈ ਲੇਕਿਨ ਫਿਰ ਵੀ ਸਾਡੇ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਚਿੱਟੇ ਮੱਛਰ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਦਵਾਈਆਂ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਆਪਣੀ ਨਰਮੇ ਦੀ ਫਸਲ 'ਤੇ ਹਲ ਚਲਾ ਦਿੱਤਾ ਹੈ ਉਹਨਾਂ ਦੀਆਂ ਰਿਪੋਰਟਾਂ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਵੀ ਭੇਜੀਆਂ ਜਾ ਰਹੀਆਂ ਹਨ। ਬਾਈ ਜੀ ਨਰਮਾ ਇਹ ਵਾਹ ਰਹੇ ਹਾਂ, ਨਰਮਾ ਤਾਂ 3 ਸਪਰੇਆਂ ਕਰਤੀਆਂ ਇਹਦੂ ਪਹਿਲਾਂ। ਚਿੱਟੇ ਮੱਛਰ ਦੀ ਬਹੁਤ ਸ਼ਿਕਾਇਤ ਆ, ਨਰਮਾ ਬੜੀ ਜਾਂਦਾ ਧਰਤੀ 'ਚ ਅਤੇ ਹੋਰ ਹੁਣ ਅੱਖ ਕੇ ਕਰਕੇ ਕੀ ਫਿਰ ਬਾਈ ਜੀ, ਇਹਨਾਂ ਦਾ ਹੋਰ ਫਿਰ ਉਹਦਾ ਹੱਲ ਹੀ ਨਹੀਂ ਕੋਈ, ਜਾਂ ਕੋਈ ਗੌਰਮੈਂਟ ਆ ਕੇ ਇਹਦਾ ਹੱਲ ਕੱਢੇ, ਕੋਈ ਚੰਗੀਆਂ ਦਵਾਈਆਂ ਹੋਣ। ਇਦੂ ਪਹਿਲਾਂ ਦਵਾਈਆਂ ਦਿੰਦੇ ਚੰਗੀਆਂ ਤਾਂ ਫਿਰ ਹੱਲ ਹੀ ਹੋ ਜਾਂਦਾ ਇਹਦਾ, ਨਾ ਤਾਂ ਹੁਣ ਕੋਈ ਪਾਣੀ ਦਾ ਸਾਧਨ ਆ, ਇੱਥੇ ਕੋਈ ਝੋਨਾ ਲਾ ਲਈਏ ਵੀ ਪਾਣੀ ਦਾ ਸਾਧਨ ਹੁੰਦਾ ਤਾਂ ਪਹਿਲਾਂ ਹੀ ਝੋਨਾ ਲਾ ਦਿੰਦੇ, ਫਿਰ ਨਰਮਾ ਬੀਜਦੇ ਹੀ ਨਾ। ਫਿਰ ਗੌਰਮੈਂਟ ਆਉਂਦੀ ਹੈ ਪਾਣੀ ਥੱਲੇ ਤੁਰਿਆ ਜਾਂਦਾ, ਤੁਸੀਂ ਹੋਰ ਫਸਲਾਂ ਬੀਜੋ, ਹੋਰ ਫਸਲਾਂ ਹੁਣ ਅਸੀਂ ਇੱਥੇ ਕੀ ਬੀਜੀਏ ਦੱਸ। 55,000 ਨੂੰ 62 ਠੇਕੇ 'ਤੇ ਲਿਆ, 2 ਕਿੱਲੇ ਥਾਂ 3 ਸਪਰੇਆਂ ਕਰਤੀਆਂ ਇਦੂ ਪਹਿਲਾਂ, 20,000 'ਚ ਤਾਂ ਇਹ ਵੜ ਗਿਆ ਅਤੇ ਹਜੇ ਇਹਦਾ ਆਸ ਉਮੀਦ ਨਹੀਂ ਹੋਣ ਦੀ। ਅਸੀਂ ਤਾਂ ਇਹੀ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਚੰਗੀ ਦਵਾਈ ਦਿਓ, ਚੰਗੇ ਬੀਜ ਦਿਓ, ਗਾਹਾਂ ਵਾਸਤੇ ਵੀ ਚੱਲ ਕੋਈ ਸੁਧਾਰ ਹੋ ਜੇ, ਵੀ ਐਤਕੀ ਦਾ ਜਿਹੜਾ ਕੁਛ ਹੋਣਾ ਸੀ ਹੋ ਗਿਆ, ਗਾਹਾਂ ਵਾਸਤੇ ਵੀ ਕੋਈ ਹੱਲ ਕੱਢ ਲੈਣੇ ਦਾ। ਕੱਲ੍ਹ ਖੇਤੀਬਾੜੀ ਮੰਤਰੀ ਸਾਹਿਬ ਆਏ ਸੀ, ਉਹ ਕਹਿੰਦੇ ਸੀ ਵੀ ਤੁਸੀਂ ਨਰਮਾ ਬਾਹ ਹੋਣਾ ਹਜੇ, ਅਸੀਂ ਇਹਨੂੰ ਕਰਾਂਗੇ ਹੱਲੇ ਤਾਂ ਕੋਈ ਤੁਹਾਨੂੰ ਉਹਦੇ ਨਾਲ ਤਾਂ ਯਕੀਨ ਨਹੀਂ ਹੈਗਾ। ਉਹ ਯਕੀਨ ਉਹਨਾਂ 'ਤੇ ਕਾਹਦਾ ਜੀ, ਜਦੋਂ ਹੱਲ ਕਰਨਗੇ ਉਦੋਂ ਤਾਂ ਦੂਜੀਆਂ ਫਸਲਾਂ ਦਾ ਵੀ ਟਾਈਮ ਟੱਪ ਜੂ, ਕੋਈ ਗੁਬਾਰੇ ਦਾ ਜਾਂ ਮੂੰਗੀ ਦਾ ਜਾਂ ਹੋਰ, ਹਾਲੇ ਦਾ ਕੀ ਕਰਨਗੇ, ਸੱਸ ਦਾ ਹੱਲ ਹੋਇਆ ਨਹੀਂ, ਉਹ ਕਿੱਥੋਂ ਹੱਲ ਕਰ ਦੇਣਗੇ ਦਾ। ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜਿਹੜਾ ਕੋਈ ਮੁਆਵਜ਼ਾ ਦੇ ਸਾਨੂੰ ਅਤੇ ਚੰਗੇ ਕੋਈ ਬੀਜ ਦੇ, ਹੋਰ ਕੁਛ ਬੀਜ ਲਈਏ, ਸਾਡੀ ਤਾਂ ਆਹੀ ਹੱਥ ਬੰਨ ਕੇ ਬੇਨਤੀ ਆ, ਹੋਰ ਹੁਣ ਸਰਕਾਰ ਨਾ ਕੋਈ ਲੜਿਆ ਤਾਂ ਜਾਂਦਾ ਨਹੀਂ। ਪਿੰਡ ਮੁੰਡਾ ਜਿਹੜਾ ਪਿੰਡ ਹੈ ਜੀ, ਅੱਜ ਅਸੀਂ ਇੱਥੇ ਪਿਆਰਾ ਸਿੰਘ ਜੋ ਕਿਸਾਨ 2 ਕਿੱਲੇ ਨਰਮਾ ਸੀ ਜਿਹਦੇ ਕੋਲ, ਅੱਜ ਔਰ ਉਹ ਬਾਹਰ ਆ ਕਿਉਂਕਿ ਇਹਦੇ 'ਤੇ ਨਰਮੇ 'ਤੇ ਚਿੱਟਾ ਮੱਛਰ ਬਹੁਤ ਜ਼ਿਆਦਾ, ਇਹਨੇ 3 ਸਪਰੇਆਂ ਕਰ ਚੁੱਕਾ ਇਹ ਮਹਿੰਗੀਆਂ ਤੋਂ ਮਹਿੰਗੀਆਂ, ਪਰ ਹਜੇ ਤੱਕ ਨਰਮਾ 'ਤੇ ਚਿੱਟਾ ਮੱਛਰ ਕੰਟਰੋਲ ਨਹੀਂ ਹੋ ਰਿਹਾ, ਸੋ ਅੱਕ ਕੇ ਅੱਜ ਇਹ ਨਰਮਾ ਵਾਹੁਣ ਲਈ ਮਜਬੂਰ ਹੋ ਜਾਂਦਾ। ਕਿੰਨਾ ਵਾਹਣ ਸੀ ਜੀ ਬਾਈ ਦਾ? 2 ਏਕੜ ਵਾਹਣ ਆ ਜੀ ਇਹਦੇ ਕੋਲ, ਜਿਹੜਾ ਨਰਮਾ 2 ਏਕੜ। ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ? ਸਰਕਾਰ ਤੋਂ ਮੰਗ ਕਰਦੇ ਹਾਂ ਵੀ ਚੰਗੇ ਬੀਜ ਹੋਣ, ਚੰਗੀਆਂ ਸਪਰੇਆਂ ਹੋਣ। ਇੱਕ ਪਾਸੇ ਤਾਂ ਸਰਕਾਰ ਢੰਡੋਰਾ ਪਿੱਟ ਰਹੀ ਆ ਵੀ ਝੋਨਾ ਜਿਹੜਾ ਧਰਤੀ ਹੇਠਲਾ ਪਾਣੀ ਡੂੰਘਾ ਜਾ ਰਿਹਾ, ਝੋਨਾ ਲਾਉਣਾ ਬੰਦ ਕਰੋ, ਦੂਜੇ ਪਾਸੇ ਇਹਦੇ ਬਦਲ 'ਚ ਨਰਮਾ ਪੱਟੀ ਦੇ ਵਿੱਚ ਜਿਹੜੀ ਵਧੀਆ ਫਸਲਾਂ ਨਰਮੇ ਦੀ, ਜਿਹੜੀ ਦੂਜਿਆਂ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਦਿੰਦੀ ਆ ਅਤੇ ਕਿਸਾਨੀ ਨੂੰ ਵੀ 7-8 ਮਹੀਨੇ ਕੰਮ ਦਿੰਦੀ ਆ, ਉਹਦੇ ਮਾੜੇ ਬੀਜਾਂ ਮਾੜੀਆਂ ਰਿਹਾਂ ਸਪਰੇਆਂ ਦੇ ਕਾਰਨ ਇਹ ਫਸਲ ਖਤਮ ਹੋ ਰਹੀ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਯੂਨੀਵਰਸਿਟੀਆਂ ਨੂੰ ਜਾਂ ਖੇਤਰੀ ਖੋਜ ਕੇਂਦਰਾਂ ਨੂੰ ਫੰਡ ਜਾਰੀ ਕਰੇ, ਉਹ ਇਹਦੇ 'ਤੇ ਖੋਜ ਕਰਨ, ਚੰਗੇ ਬੀਜ ਵਿਕਸਿਤ ਹੋਣ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਨਾ ਪਵੇ ਅਤੇ ਕਿਸਾਨੀ ਵੀ ਖੁਸ਼ਹਾਲ ਹੋਵੇ, ਝੋਨੇ ਹੇਠੋਂ ਵੀ ਰਕਬਾ ਫੇਰ ਹੀ ਕੱਢਿਆ ਜਾ ਸਕਦਾ। ਕਿਹੜਾ ਪਿੰਡ ਆ ਜੀ ਆਪਣਾ? ਆਪਣਾ ਵੀਰੇ ਘੁੱਦਾ ਪਿੰਡ, ਜ਼ਿਲ੍ਹਾ ਬਠਿੰਡਾ। ਤੁਸੀਂ ਅਜੇ ਨਰਮਾ ਵਾਹ ਰਹੇ ਹੋ, ਇਹ ਨਰਮਾ ਵਾਹੁਣ ਦਾ ਕੀ ਕਾਰਨ ਹੈ ਜੀ? ਇਹਦੇ ਇੱਕ ਤਾਂ ਚਿੱਟਾ ਮੱਛਰ ਬਹੁਤ ਇਹਦੇ ਵਿੱਚ,
ਤੇ ਦੂਜਾ ਗੁਲਾਬੀ ਸੁੰਡੀ ਦੇ ਡਰ 'ਚ ਜੀ। ਉਹ ਵਿੱਚ ਵੀ ਬੈਠੀ ਹੈ ਟਿੰਡਾ, ਜਿਹੜਾ ਕੋਈ ਮੇਨ ਹੁਣ ਟਿੰਡਾ ਬਣਿਆ ਪਿਆ ਅੱਜ ਦੀ ਘੜੀ, ਉਹਦੇ ਵਿੱਚ ਪੂਰੀ ਸਿਰ ਦੇ ਵਾਲਾਂ ਵਾਂਗੂ ਬੈਠੀ ਹੈ। ਕਿੰਨਾ ਵਾਣਾ ਜੀ ਨਰਮੇ ਵਾਲਾ ਆਪਣਾ ਇਹ? ਇਹ ਇੱਕ ਕਿੱਲਾ ਜੀ ਆਪਣੇ ਕੋਲ। ਕੀ ਨਾਮ ਆ ਤੁਹਾਡਾ? ਮੇਰਾ ਨਾਂ ਹਰਵੰਤ ਹੈ ਜੀ। ਖੇਤੀਬਾੜੀ ਮਹਿਕਮੇ ਵਾਲੇ ਕੋਈ ਆਈ ਨਹੀਂ ਨਰਮਾ ਦੇਖਣ ਤੁਹਾਡਾ? ਕੌਣ ਹੀ ਨਹੀਂ, ਪਰ ਸਾਰ ਲੈਂਦਾ ਜੀ ਇੱਥੇ, ਕਈ ਫਿਰਾਂ ਬੀਜ ਲੈਂਦੇ, ਬਸ ਕਹਿ ਦਿੰਦੇ ਤੁਸੀਂ ਬੀਜੋ, ਦਵਾਈਆਂ ਦੇਵਾਂਗੇ ਦੇਵਾਂਗੇ, ਕੋਈ ਨਹੀਂ ਗੁੱਸਾ ਹੁੰਦਾ ਮੁੜ ਕੇ ਗੱਲਬਾਤ ਜੀ। ਹੁਣ ਚਿੱਟਾ ਮੱਛਰ ਨੂੰ ਦੋ ਦਵਾਈਆਂ ਕਰਦੇ ਹਾਂ, ਕੋਈ ਨਾ ਤਾਂ ਚਿੱਟਾ ਮੱਛਰ ਕੰਟਰੋਲ ਹੋਇਆ, ਅਤੇ ਫਿਰ ਕਰਕੇ ਵੀ ਕੀ ਕਰਾਂਗੇ ਜੇ ਚਿੱਟਾ ਮੱਛਰ ਕੰਟਰੋਲ ਕਰ ਲਿਆ, ਮੁੜ ਕੇ ਸੁੰਡੀ ਪੈ ਜਾਣੀ ਪਿੱਛੋਂ ਆ ਕੇ, ਜਦੋਂ ਹੁਣੇ ਸੁੰਡੀ ਬੈਠੀ ਹੈ ਟਿੰਡਿਆਂ 'ਚ, ਕੋਈ ਜਿਹੜਾ ਟਿੰਡਾ ਲੱਗਿਆ ਉਹ ਹਜੇ ਹੁਣ ਇਸ ਟਾਈਮ ਬੈਠੀ ਮੌਜੂਦ ਆ ਸੁੰਡੀ ਉਹਦੇ ਵਿੱਚ। ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ? ਸਰਕਾਰ ਤੋਂ ਤਾਂ ਇਹੀ ਮੰਗ ਕਰਦੇ ਕੋਈ ਚੰਗੇ ਬੀਜ ਆਉਣ, ਚੰਗੀਆਂ ਦਵਾਈਆਂ ਆਉਣ, ਕੋਈ ਖਿੱਚਲਾ ਮਿਹਨਤ ਭਾਲਣ ਘੱਟ ਭਾਲਣ ਸਾਥੋਂ, ਜਿਹੜੀ ਹੁਣ ਅੱਜ ਦੀ ਘੜੀ ਹੁਣ ਦਵਾਈਆਂ ਦੋ ਛਿੜਕਦੀਆਂ ਮੰਨ ਕੇ ਚਲੋ, ਦੋ ਤਿੰਨ 300-400 ਨੂੰ ਕਿੱਲਾ ਪੈ ਗਿਆ ਉਹ ਮੰਨ ਕੇ ਚਲੋ, ਜੇ ਹੁਣ 2 ਮਹੀਨੇ ਦਵਾਈਆਂ ਛਿੜਕੀਆਂ ਮੈਂ ਘੱਟੋ ਘੱਟ 10,000 'ਚ ਵੜ ਜਾਵਾਂਗੇ ਜੀ। ਬਾਕੀ ਹੁਣ ਤਾਂ ਨਹੀਂ ਪਤਾ, ਮੁੜ ਕੇ ਆ ਕੇ ਗੁਲਾਬੀ ਸੁੰਡੀ ਪੈ ਗਈ ਤਾਂ ਬਸ ਜੀ, ਪਰ ਹੋਏ ਆ ਜਿਹੜਾ ਅਸੀਂ ਨਰਮਾ ਪਾਇਆ ਹੋਣਾ, ਕੋਈ ਮੁਆਵਜ਼ੇ ਵਗੈਰਾ ਦੀ ਮੰਗ ਕੋਈ ਸਰਕਾਰ ਤੋਂ? ਮੁਆਵਜ਼ਾ ਤਾਂ ਸਾਨੂੰ ਅਗਲਾ ਵੀ ਨਹੀਂ ਆਇਆ ਜੀ, ਤਾਂ 1 ਕਿੱਲੇ ਦਾ ਪਿਛਲੇ ਗੇੜੇ ਵੀ ਰਹਿੰਦਾ ਸਾਡਾ ਤਾਂ। ਇਹ ਜੀ ਕਿਸਾਨ ਆ ਹਰਵੰਤ ਸਿੰਘ ਪਿੰਡ ਘੁੱਦੇ ਤੋਂ, ਜੋ ਕਿ ਅੱਜ ਨਰਮਾ ਵਾਹ ਰਹੇ ਆ। ਮੈਂ ਵੀ ਇੱਥੋਂ ਦੀ ਵੇਖਿਆ, ਪਰ ਪਹਿਲਾਂ ਵੀ ਮੈਂ ਇਹ 'ਚ ਵੇਖ ਗਿਆ, ਚਿੱਟੇ ਮੱਛਰ ਦੀ ਬਹੁਤ ਹੀ ਜ਼ਿਆਦਾ ਭਰਮਾਰ ਆ ਚਿੱਟੇ ਮੱਛਰ ਦੀ, ਆ ਵੇਖੋ ਬਹੁਤ ਪੱਤਿਆਂ ਤੋਂ ਉੱਡ ਰਿਹਾ ਚਿੱਟਾ ਮੱਛਰ। ਇਹਨਾਂ ਨੇ ਦੱਸਣ ਮੁਤਾਬਕ ਇਹਨਾਂ ਨੇ 2 ਸਪਰੇਹਾਂ ਵੀ ਕਰਤੀਆਂ, ਬਾਕੀ ਸਪਰੇਹਾਂ ਵੀ ਬਹੁਤ ਮਹਿੰਗੀਆਂ ਕਰਤੀਆਂ। ਹੁਣ ਕੋਸੇ ਦੇ ਟਿੰਡਿਆਂ ਦੇ ਵਿੱਚ ਜਿਹੜੇ ਕੋਈ ਲੱਗੇ ਉਹਨਾਂ ਦੇ ਵਿੱਚ ਵੇਖਿਆ ਗੁਲਾਬੀ ਸੁੰਡੀ ਵੀ ਹੈਗੀ ਹੈ ਜੀ। ਇਸੇ ਕਰਕੇ ਕਿਸਾਨ ਪਰੇਸ਼ਾਨੀ ਦੇ ਵਿੱਚ ਆ ਕੇ ਖਰਚਾ ਕਰਨ ਵਾਲੇ ਇਹਨੂੰ ਵਾਹੇ ਠੀਕ ਸਮਝਦਾ। ਕਿੰਨਾ ਵਾਹਣਾ ਜੀ ਇਹਨਾਂ ਕੋਲ ਜਿਹੜਾ ਬਾਹਰ ਆ? ਇਹ 1 ਕਿੱਲੇ ਦੇ ਕਰੀਬ ਦੱਸ ਰਹੇ ਆ ਵੀ ਵਾਹਣ ਇਹਨਾਂ ਕੋਲ ਹੈਗਾ ਜੋ ਬਾਹਰ ਆ ਜੀ। ਇਹਨਾਂ ਨੇ ਕੋਈ ਖੇਤੀਬਾੜੀ ਮਹਿਕਮੇ ਵਾਲੇ ਕੋਲ ਪਹੁੰਚ ਨਹੀਂ ਕੀਤੀ? ਬਾਈ ਜੀ ਖੇਤੀਬਾੜੀ ਮਹਿਕਮੇ ਵਾਲੇ 16 AC ਚੱਲਦੇ ਆ, ਕੋਈ ਇੱਥੇ ਆ ਨਹੀਂ ਰਿਹਾ। ਠੀਕ ਹੈ, ਜੇ ਕੋਈ ਆਉਂਦਾ ਤਾਂ 5-7 ਦਵਾਈਆਂ ਲਿਖ ਕੇ ਮੁੜ ਜਾਂਦਾ, ਜੋ ਕਿ ਦਵਾਈਆਂ ਦਾ ਰੇਟ ਬਹੁਤ ਨਜਾਇਜ਼ ਹੈ। ਠੀਕ ਹੈ, ਉਹ ਨਾ ਤਾਂ ਕਿਸਾਨ ਦੀ ਪਹੁੰਚ 'ਚ ਹੀ ਹੈ ਨਹੀਂ ਦਵਾਈਆਂ ਜਿਹੜੀਆਂ ਉਹ ਲਿਖ ਜਾਂਦੇ ਕਈ ਵਾਰ। ਇਸ ਕਰਕੇ ਖੇਤੀਬਾੜੀ ਮਹਿਕਮੇ ਨੂੰ ਸੱਦਾਂਗਾ, ਹੁਣ ਸਾਨੂੰ ਪਤਾ ਹੁੰਦਾ ਨਹੀਂ, ਚਾਹੇ ਤਾਂ 10 ਸਪਰੇਹਾਂ ਕਰ ਦਿਓ ਤਾਂ ਵੀ ਨਹੀਂ ਹੁੰਦਾ ਜੀ। ਸਰਕਾਰ ਤੋਂ ਕੀ ਮੰਗ ਆਈ ਆਪਣੀ? ਸਰਕਾਰ ਤੋਂ ਪਹਿਲੀ ਮੰਗ ਤਾਂ ਇਹ ਹੈ, ਚੰਗੇ ਬੀਜ, ਚੰਗੀਆਂ ਸਪਰੇਹਾਂ, ਅਤੇ ਚੰਗੇ ਇੱਥੇ ਆਫਿਸਰ ਜੋ ਫੀਲਡ ਦੇ ਵਿੱਚ ਕੰਮ ਕਰਨ, ਅਤੇ ਜੋ ਕਿਸਾਨਾਂ ਨਰਮਾ ਪੱਟੀ ਦੇ ਕਿਸਾਨ ਹੈ ਉਹਨਾਂ ਨੂੰ ਸਪਰੇ ਸਬਸਿਡੀ 'ਤੇ ਜਾਂ ਕੁਛ ਉਹਦੇ ਕੱਟ ਕੇ ਪੈਸੇ ਉਹਦੇ ਮਿਲਣ, ਤਾਂ ਜੋ ਕਿਸਾਨ ਆਪਣੇ ਨਰਮੇ ਦੀ ਫਸਲ ਕਰਨ ਅਤੇ ਕਿਸਾਨ ਖੁਸ਼ਹਾਲ ਹੋਵੇ। ਕਿਉਂਕਿ ਨਰਮੇ ਨਾਲ ਆਪਣੇ ਪਾਣੀ ਦਾ ਪੱਧਰ ਵੀ ਨੀਚਾ ਨਹੀਂ ਜਾਂਦਾ, ਜੇ ਜੋ ਨਾ ਲਾਉਣਗੇ ਤਾਂ ਉਹਦੇ ਨਾਲ ਨੀਚਾ ਪਾਣੀ ਦਾ ਪੱਧਰ ਵੀ ਨੀਚਾ ਜਾਊਗਾ। ਇਸ ਕਰਕੇ ਆਪਣੀ ਤਾਂ ਬੇਨਤੀ ਹੈ ਵੀ ਚੰਗੇ ਬੀਜ, ਚੰਗੀਆਂ ਸਪਰੇਹਾਂ, ਅਤੇ ਜੇ ਉਹ ਕਿਸਾਨ ਨਰਮਾ ਵਾਹ ਰਹੇ ਨੇ ਇਹਨਾਂ ਦੀ ਗਰਦੌਰੀ ਕਰਵਾ ਕੇ ਜੋ ਯੋਗ ਮੁਆਵਜ਼ਾ ਦੇ। ਖੇਤੀਬਾੜੀ ਮੰਤਰੀ ਜੀ ਵੱਲੋਂ ਬਲਾਕ ਸੰਗਤ ਦੇ ਕਈ ਪਿੰਡਾਂ ਦਾ ਜਿਹੜਾ ਦੌਰਾ ਕੀਤਾ ਗਿਆ, ਉੱਥੇ ਉਹਨਾਂ ਵੱਲੋਂ ਜਿਹੜਾ ਹੈ ਨਰਮੇ ਦੀ ਫਸਲ ਦੀ ਜਿਹੜੀ ਹੈ ਨਿਰੀਖਣ ਵੀ ਕੀਤਾ ਗਿਆ, ਅਤੇ ਨਾਲ ਹੀ ਜਿਹੜਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਵੀ ਸਾਡੇ ਨਾਲ ਹੀ ਮੌਜੂਦ ਸਨ, ਉੱਚ ਅਧਿਕਾਰੀ ਵੀ ਬਾਕੀ ਸਾਰੇ ਮੌਜੂਦ ਸਨ। ਉੱਥੇ ਇਹੀ ਸਿੱਟਾ ਨਿਕਲ ਕੇ ਆਇਆ ਕਿ ਚਿੱਟੇ ਮੱਛਰ ਦਾ ਹਮਲਾ ਬਿਲਕੁਲ ਆਰਥਿਕ ਅਗਾਰ ਤੋਂ ਉੱਪਰ ਚੱਲ ਰਿਹਾ, ਪਰੰਤੂ ਮਾਹਰਾਂ ਦੀ ਰਾਏ ਦੇ ਮੁਤਾਬਕ ਇਸ ਨੂੰ ਜਿਹੜਾ ਹੈਗਾ ਕੰਟਰੋਲ ਕਰਨ ਵਾਸਤੇ ਆਪਣੇ ਕੋਲ ਬਹੁਤ ਸਾਰੀਆਂ ਕੀਟਨਾਸ਼ਕ ਜ਼ਹਿਰਾਂ ਨੇ। ਕਿਸਾਨਾਂ ਨੂੰ ਉਹਨਾਂ ਬਾਰੇ ਜਿਹੜਾ ਹੈ ਸਾਡੇ ਸਟਾਫ ਵੱਲੋਂ ਲਗਾਤਾਰ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਜੇਕਰ ਕਿਸੇ ਕਿਸਾਨ ਵੱਲੋਂ ਨਰਮਾ ਵਾਹੁਣ ਬਾਰੇ ਜੇਕਰ ਸਾਨੂੰ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ, ਅਗਾਊਂ ਸੂਚਨਾ ਪ੍ਰਾਪਤ ਹੁੰਦੀ ਹੈ, ਤਾਂ ਸਾਡੀ ਟੀਮ ਹੈ ਜਿਹੜੀ ਹੈ ਵੱਖ ਵੱਖ ਜਿਹੜੀਆਂ ਟੀਮਾਂ ਉੱਥੇ ਮੌਕੇ 'ਤੇ ਜਾ ਕੇ ਕਿਸਾਨ ਨੂੰ ਉਸ ਬਾਰੇ ਜਾਣੂ ਕਰਵਾਉਂਦੀਆਂ ਨੇ, ਤਾਂ ਕਿ ਉਹ ਚਿੱਟੇ ਮੱਛਰ ਨੂੰ ਕੰਟਰੋਲ ਦੇ ਵਿੱਚ ਕਰ ਸਕੇ ਅਤੇ ਨਰਮੇ ਨੂੰ ਨਾ ਵਾਹੇ। ਇਸ ਤੋਂ ਇਲਾਵਾ ਜੇਕਰ ਨਰਮਾ ਵਾਹੇ ਜਾਣ ਤੋਂ ਬਾਅਦ ਜੇਕਰ ਕੋਈ ਸੂਚਨਾ ਸਾਨੂੰ ਪ੍ਰਾਪਤ ਹੁੰਦੀ ਹੈ, ਤਾਂ ਸਾਡੀ ਟੀਮਾਂ ਵੱਲੋਂ ਉਹਨਾਂ ਖੇਤਾਂ ਦਾ ਅਤੇ ਉਹਨਾਂ ਖੇਤਾਂ ਦੇ ਆਲੇ ਦੁਆਲੇ ਵਾਲੇ ਖੇਤਾਂ ਦਾ ਨਿਰੀਖਣ ਕਰਕੇ ਬਣਦੀ ਰਿਪੋਰਟ ਹੈ ਜੋ ਉੱਚ ਅਧਿਕਾਰੀ ਨੂੰ ਲਗਾਤਾਰ ਜਿਹੜਾ ਜਿਵੇਂ ਜਿਵੇਂ ਸੂਚਨਾ ਮਿਲਦੀ ਹੈ ਉਹ ਭੇਜੀ ਜਾ ਰਹੀ ਹੈ, ਤਾਂ ਜੋ ਉੱਚ ਅਧਿਕਾਰੀਆਂ ਵੱਲੋਂ ਬਣਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਸਕੇ।